ਬਹੁਜਨ ਸਮਾਜ ਪਾਰਟੀ ਫਗਵਾੜਾ ਦਾ ਇੱਕ ਵਫਦ ਮਾਣਯੋਗ SDM ਸਾਹਿਬ ਨੂੰ ਮਿਲਿਆ। ਇਸ ਵਿੱਚ GNA ਯੂਨੀਵਰਸਿਟੀ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਐਡਮਿਸ਼ਨ ਕਰਵਾਉਣ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। SDM ਸਾਹਿਬ ਨੇ ਐਡਮਿਸ਼ਨ ਕਰਵਾਉਣ ਦਾ ਪੂਰਾ ਭਰੋਸਾ ਦਿੱਤਾ। ਅਗਰ ਸਟੂਡੈਂਟ ਨੂੰ ਐਡਮਿਸ਼ਨ ਨਾ ਦਿੱਤੀ ਗਈ ਤਾਂ ਬਹੁਜਨ ਸਮਾਜ ਪਾਰਟੀ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਰਮੇਸ਼ ਕੌਲ, ਚਰਨਜੀ ਲਾਲ ਕਾਲਾ, ਐਡਵੋਕੇਟ ਕੁਲਦੀਪ ਭੱਟੀ, ਲੇਖਰਾਜ ਜਮਾਲਪੁਰ, ਮੁਖਤਿਆਰ ਮੈਮੀ, ਪਰਨੀਸ਼ ਵੰਗਾ, ਵਿਵੇਕ, ਪਰਮਜੀਤ ਖਲਵਾੜਾ, BK ਰਤੂ, ਇੰਜੀਨੀਅਰ ਪ੍ਰਦੀਪ ਮਲ ਅਤੇ ਸਟੂਡੈਂਟ ਸਾਥੀ ਹਾਜ਼ਰ ਸਨ। ਬਿਊਰੋ ਰਿਪੋਰਟ, ਆਵਾਜ਼ ਕੌਮ TV।